ਫਾਜ਼ਿਲਕਾ ਦੀ ਟਰੱਕ ਯੂਨੀਅਨ ਨੂੰ ਲੱਗਿਆ ਤਾਲਾ। ਸਿਰਫ ਫਾਜ਼ਿਲਕਾ ਹੀ ਨਹੀਂ ਪੂਰੇ ਜ਼ਿਲ੍ਹੇ ਦੀਆਂ ਸਾਰੀਆਂ ਟਰੱਕ ਯੂਨੀਅਨਾਂ ਦੀ ਹੋਈ ਤਾਲਾਬੰਦੀ। ਰੋਲਾ ਅਬੋਹਰ ਟਰੱਕ ਯੂਨੀਅਨ ਵਿੱਚ ਪਿਆ ਤੇ ਬੁਗਦਨਾ ਸਾਰੇ ਜ਼ਿਲ੍ਹੇ ਨੂੰ ਪਿਆ। ਨਮਸਕਾਰ ਦੋਸਤੋ, ਮੈਂ ਅੰਮ੍ਰਿਤ ਸਦੇਵਾ ਤੇ ਤੁਸੀਂ ਦੇਖ ਰਹੇ ਹੋ ਸਰਹੱਦ ਕੇਸਰੀ ਲਾਈਵ। ਅੱਜ ਮੈਂ ਤੁਹਾਨੂੰ ਸਭ ਨੂੰ ਦਿਖਾ ਰਿਹਾ ਹਾਂ ਫਾਜ਼ਿਲਕਾ ਟਰੱਕ ਯੂਨੀਅਨ ਦੇ ਦ੍ਰਿਸ਼, ਜਿਸ ਨੂੰ ਅੱਜ ਡੀਸੀ ਫਾਜ਼ਿਲਕਾ ਦੇ ਹੁਕਮਾਂ ਤੇ ਤਾਲਾ ਲਗਾ ਦਿੱਤਾ ਗਿਆ ਹੈ। ਫਾਜ਼ਿਲਕਾ ਟਰੱਕ ਯੂਨੀਅਨ ਦੇ ਆਪਰੇਟਰਾਂ ਵੱਲੋਂ ਖੁਦ ਹੀ ਤਾਲਾ ਲਗਾ ਕੇ ਚਾਬੀ ਡੀਸੀ ਡਾਕਟਰ ਦੁੱਗਲ ਨੂੰ ਸੌਂਪ ਦਿੱਤੀ ਗਈ ਹੈ। ਦਰਅਸਲ ਅਬੋਹਰ ਟਰੱਕ ਯੂਨੀਅਨ ਦੇ ਆਪਰੇਟਰਾਂ ਦੇ ਆਪਸੀ ਝਗੜੇ ਨੂੰ ਲੈ ਕੇ ਡੀਸੀ ਫਾਜ਼ਿਲਕਾ ਦੇ ਹੁਕਮਾਂ ਤੇ ਐਸਐਸਪੀ ਫਾਜ਼ਿਲਕਾ ਨੇ ਡਿਊਟੀ ਮੈਜਿਸਟ੍ਰੇਟਾਂ ਦੇ ਜ਼ਰੀਏ ਪੂਰੇ ਜ਼ਿਲ੍ਹੇ ਦੀਆਂ ਯੂਨੀਅਨਾਂ ਬੰਦ ਕਰਵਾ ਦਿੱਤੀਆਂ ਨੇ। ਡੀਸੀ ਵੱਲੋਂ ਕਿਹਾ ਗਿਆ ਹੈ ਕਿ ਯੂਨੀਅਨ ਬਣਾ ਕੇ ਮਨ ਮਰਜ਼ੀ ਦਾ ਕਿਰਾਇਆ ਵਸੂਲਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਦਕਿ ਯੂਨੀਅਨ ਪਿਛਲੇ ਕਈ ਸਾਲਾਂ ਤੋਂ ਹੀ ਭੰਗ ਕਰ ਦਿੱਤੀਆਂ ਗਈਆਂ ਸੀ। ਇਸ ਲਈ ਅੱਜ ਦੀ ਤਾਲਾਬੰਦੀ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਦੂਜੇ ਪਾਸੇ ਫਾਜ਼ਿਲਕਾ ਟਰੱਕ ਆਪਰੇਟਰਾਂ ਦਾ ਕਹਿਣਾ ਹੈ ਕਿ ਝਗੜਾ ਕਿਸੇ ਜਗ੍ਹਾ ਦਾ ਹੈ ਤੇ ਭੁਗਤਣਾ ਸਾਨੂੰ ਪੈ ਰਿਹਾ ਹੈ, ਤੇ ਦੂਜੇ ਪਾਸੇ ਡੀਸੀ ਡਾਕਟਰ ਦੁੱਗਲ ਦਾ ਕਹਿਣਾ ਹੈ ਕਿ ਕਾਨੂੰਨ ਸਭ ਲਈ ਇੱਕ ਸਮਾਨ ਹੈ, ਇਹ ਕਾਰਵਾਈ ਪੂਰੇ ਜ਼ਿਲ੍ਹੇ ਵਿੱਚ ਕੀਤੀ ਗਈ ਹੈ। ਇਸ ਮੌਕੇ ਡੀਸੀ ਡਾਕਟਰ ਦੁੱਗਲ ਕੀ ਬੋਲੇ ਤੁਹਾਨੂੰ ਸੁਣਾਉਂਦੇ ਹਾਂ, ਤੇ ਨਾਲ ਹੀ ਕਰਾਂਗੇ ਫਾਜ਼ਿਲਕਾ ਟਰੱਕ ਯੂਨੀਅਨ ਦੇ ਪ੍ਰਧਾਨ ਮਨਜੋਤ ਖੇੜਾ ਦੇ ਨਾਲ ਗੱਲਬਾਤ। ਮਸਲਾ ਇੱਕ ਵਾਰਨੀ ਵਾਲੇ ਥੋੜੀ ਜਿਹੀ ਲੜਾਈ ਚੱਲਦੀ ਸੀ, ਉਹ ਲੜਾਈ ਵੱਧਦੀ ਥੋੜੀ ਜ਼ਿਆਦਾ ਵੱਧ ਗਈ, ਪਰ ਹੁਣ ਉਹ ਸਾਰਾ ਨਿਪਟ ਚੁੱਕਿਆ ਸੀ, ਸਾਰੇ ਅਸੀਂ ਇਕੱਠੇ ਹਾਂ, ਹੁਣ ਕੋਈ ਅਜਿਹੀ ਗੱਲ ਨਹੀਂ ਸੀ। ਪਰ ਮੈਡਮ ਦਾ ਆਇਆ ਵੀ ਲਾਉਣਾ, ਸਾਨੂੰ ਉੱਤੋਂ ਦੇ ਲੈਟਰ ਹੁਕਮ ਆਏ ਨੇ ਤੇ ਲਾ ਤਾਂ ਤਾਲਾ ਜੀ, ਬਾਕੀ ਥਾਵਾਂ ਤੇ ਵੀ ਐਵੇਂ ਕਹਿੰਦੇ ਆ, ਹਜੇ ਆਪਾਂ ਨੂੰ ਪਤਾ ਲੱਗਿਆ ਆਪਾਂ ਇੱਥੇ ਲਾ ਤਾ ਬਣਾ। ਦਿੱਕਤ ਕਿੱਥੇ? ਪ੍ਰਸ਼ਾਸਨ ਦੱਸੇਗਾ, ਸਾਨੂੰ ਤਾਂ ਕੋਈ ਦਿੱਕਤ ਨਹੀਂ। ਜਿਹੜੇ ਸਾਡੀ ਲੜਾਈ ਸੀ ਖਤਮ ਹੋ ਗਈ, ਸਾਰੇ ਇਕੱਠੇ ਹੋਏ ਸੀ। ਕੀ ਇਸ਼ੂ ਹੈ ਟਰੱਕ ਯੂਨੀਅਨ ਨੂੰ, ਕੀ ਬੈਨ ਕੀਤਾ ਗਿਆ, ਕੀ ਤਾਲੇ ਲਵਾਏ ਗਏ ਨੇ ਜੀ? ਟਰੱਕ ਯੂਨੀਅਨਸ ਤਾਂ ਇਹ ਹੀ ਜੀ, 2017 ਦੀ ਨੋਟੀਫਿਕੇਸ਼ਨ ਦੇ ਮੁਤਾਬਿਕ ਕੋਈ ਟਰੱਕ ਯੂਨੀਅਨ ਨਹੀਂ ਸੀ। ਜੇ ਵੀ ਕੋਈ ਆਪਣੀ ਸੈਲਫ ਸਟਾਈਲ ਟਰੱਕ ਯੂਨੀਅਨ ਸੀ, ਦੈਟ ਵਾਸ ਟੋਟਲੀ ਇਲੀਗਲ ਜੀ। ਅਤੇ ਜਿਹੜੀ ਇਹਨਾਂ ਨੇ ਯੂਨੀਅਨ ਦਾ ਨਾਮ ਲੈ ਕੇ ਜਿਹੜੇ ਆਪਣੇ ਮਨ ਮਰਜ਼ੀ ਨਾਲ ਕਿਰਾਏ ਲੈ ਰਹੇ ਸੀ, ਦੈਟ ਇਜ਼ ਅਨਕੋਲਡ ਫੋਰ, ਉਹ ਨਹੀਂ ਟੋਲਰੇਟ ਕੀਤਾ ਜਾਏਗਾ। ਸੋ SSP ਸਾਹਿਬ ਨੂੰ ਆਰਡਰ ਕੀਤੇ ਗਏ ਸੀ ਕਿ ਜੇ ਇਹਨਾਂ ਦੇ ਟਰੱਕ ਯੂਨੀਅਨ ਦੇ ਕਿਤੇ ਵੀ ਕੋਈ ਦਫ਼ਤਰ, ਉਹਨਾਂ 'ਤੇ ਸਾਰੀ ਜਗ੍ਹਾ ਤਾਲੇ ਲਗਾ ਦਿੱਤੇ। ਕਿੰਨੀਆਂ ਥਾਵਾਂ ਤੇ ਜਿਹੜੀ ਤਾਲੇ ਲਾਏ ਗਏ? ਜਿੱਥੇ ਜਿੱਥੇ ਵੀ ਹੈ ਜੀ, ਅਬੋਹਰ ਹੈ, ਅਰਨੀਵਾਲਾ ਹੈ, ਫਾਜ਼ਿਲਕਾ ਹੈ, ਮੈਮ ਜਿਹੜੇ ਮੌਕੇ ਦੇ ਲੋਕ ਮੌਜੂਦ ਨੇ ਯੂਨੀਅਨ ਦੇ ਅੰਦਰ, ਜਿਹੜੇ ਪ੍ਰਿੰਸਸ ਹੈ, ਉਹ ਕਹਿੰਦੇ ਅਸੀਂ ਕੋਈ ਯੂਨੀਅਨ ਨਹੀਂ ਚਲਾ ਰਹੇ ਸੀਗੇ, ਅਤੇ ਸੋਸਾਇਟੀ ਤੌਰ 'ਤੇ ਅਸੀਂ ਇਕੱਠ ਹੁੰਦਾ ਬੈਠਣ ਦਾ ਇੱਕ ਸਾਡਾ ਠਿਕਾਣਾ ਸੀਗਾ, ਕਮ ਸੇ ਕਮ ਸਾਨੂੰ ਇਕੱਠੇ ਤਾਂ ਬੈਠੇ ਰਹਿੰਦੇ ਹੁੰਦੇ। ਨਹੀਂ, ਕੋਈ ਅੱਜ ਇਸ ਤਰ੍ਹਾਂ ਦੀ ਕੋਈ ਨਹੀਂ ਸੀ, ਅਖਬਾਰ 'ਚ ਅੱਜ ਖਬਰ ਆਈ ਸੀ, ਅਬੋਹਰ ਦੀ ਖਬਰ ਹੈ, ਉੱਥੇ ਯੂਨੀਅਨ ਕਹਿ ਰਹੇ ਸੀ ਕਿ ਅਸੀਂ ਯੂਨੀਅਨ ਦੇ ਬੰਦੇ ਹਾਂ ਔਰ ਆਪਣੀ ਮਰਜ਼ੀ ਨਾਲ ਕਿਰਾਇਆ ਲੈ ਰਹੇ ਸੀ। ਐਵਰੀਬਡੀ ਇਜ਼ ਫ੍ਰੀ, ਜਿਹੜਾ ਮਰਜ਼ੀ ਬੰਦਾ ਜਿੱਥੋਂ ਮਰਜ਼ੀ ਟਰੱਕ ਹਾਇਰ ਕਰ ਸਕਦਾ ਹੈ ਔਰ ਜੋ ਕਿਰਾਇਆ ਉਸ ਹਿਸਾਬ ਨਾਲ ਦੇ ਸਕਦਾ, ਕੋਈ ਇਸ ਤਰ੍ਹਾਂ ਦਾ ਨਹੀਂ ਹੈ, ਕਿਸੇ ਨਾਲ ਜ਼ੋਰ ਜ਼ਬਰਦਸਤੀ ਨਾਲ ਆਪਣੀ ਮਨ ਮਰਜ਼ੀ ਦਾ ਕਿਰਾਇਆ ਨਹੀਂ ਲੈਂਦਾ। ਮੈਂ ਹੋਰ ਕਿਹੜੀ ਕਿਹੜੀ ਥਾਵਾਂ ਤੋਂ ਜਿਹੜੀਆਂ ਸ਼ਿਕਾਇਤਾਂ ਮਿਲੀਆਂ ਸੀ ਇਸ ਤਰ੍ਹਾਂ ਦੀਆਂ? ਮੇਨਲੀ ਅਬੋਹਰ ਤੋਂ ਸ਼ਿਕਾਇਤ ਆਈ ਸੀ ਕਿ ਜੀ ਉਹਨੂੰ ਦੇਖਦੇ ਹੋਏ ਫਿਰ ਜੋ ਸਾਡੀ ਇਨਫੋਰਮੇਸ਼ਨ ਸੀ, ਜੇ ਬੰਦੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਇਕੱਠੇ ਹੋ ਕੇ ਵੀ ਬੈਠਦੇ ਸੀ, ਯੂਨੀਅਨ ਦੇ ਦਫ਼ਤਰ 'ਚ ਬਹਿੰਦੇ ਸੀ ਜਾਂ ਯੂਨੀਅਨ ਨਹੀਂ ਸੀ, ਜੋ ਵੀ ਸੀ, ਅਸੀਂ ਉਹ ਸਾਰੀ ਜਗ੍ਹਾ ਤਾਲੇ ਲਗਾਉਂਦੇ ਸੀ। ਮੈਮ, ਕੋਈ ਝਗੜਾ ਵੀ ਹੋਇਆ ਸੀ ਪਿੱਛੇ ਜੀ, ਕਹ ਰਹੇ ਟਰੱਕ ਓਪਰੇਟਰਸ ਦਾ ਝਗੜਾ ਵੀ ਹੋ ਗਿਆ ਸੀ, ਤੇ ਉਸ ਦਾ ਉਹ ਵਿਵਾਦ ਤਾਂ ਨਹੀਂ ਕਿਤੇ ਜਿਹੜਾ ਟਰੱਕ ਓਪਰੇਟਰ ਨੂੰ ਮਾਰਕੁੱਟ ਕੀਤੀ ਗਈ ਹੈ, ਦਾਖਲ ਵੀ ਰਹੇ ਆ, ਉਹਨਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ? ਉਹ ਤਾਂ ਉਸੇ ਵੇਲੇ ਜੋ ਸੀ SSP ਸਾਹਿਬ ਨੇ ਉਸ ਤੇ ਐਕਸ਼ਨ ਲੈ ਲਏ ਸੀ, ਪਰ ਉਹ ਕਹ ਰਹੇ ਸਾਡੀ ਸੁਣਾਈ ਨਹੀਂ ਹੋ ਰਹੀ, ਮਤਲਬ ਉਹ ਪਰਿਵਾਰ ਅਸੀਂ ਦੇਖ ਲੈਂਦੇ ਹਾਂ ਕਿਹੜੇ ਪਰਿਵਾਰ ਕਿਤੇ ਨਹੀਂ, ਉਹ 751 ਚ ਉਸੇ ਟਾਈਮ SSP ਸਾਹਿਬ ਦੇ ਬੰਦੇ ਅੰਦਰ ਕੀਤੇ ਸੀ। ਆਪਣੇ ਆਪਰੇਟਰ ਥੋੜਾ ਦੋਸ਼ ਜਿਤਾ ਰਹੇ ਨੇ ਉੱਥੇ ਵੀ, ਸਾਨੂੰ ਬੈਠਣ ਸਾਡੀ ਜਗ੍ਹਾ ਸੀ ਉਹ ਛੀਨ ਲਿੱਤੀ ਗਈ ਹੈ, ਪ੍ਰੋਪਰ ਅਸੀਂ ਇੰਤਜ਼ਾਮ ਕੀਤਾ ਬੈਠਣਗੇ, ਕਿੰਨੀਆਂ ਥਾਵਾਂ ਤੇ ਜਿਹੜੀ ਇਸ ਤਰ੍ਹਾਂ ਦੀ ਯੂਨੀਅਨ ਚੱਲ ਰਹੀ ਸੀਗੀ ਜਾਂ ਕਿਸ ਤਰ੍ਹਾਂ ਦੇ? ਸਾਨੂੰ ਪਤਾ, ਇਸ ਦਾ ਆਪਣੀ ਜ਼ਿੰਮੇਵਾਰੀ ਲੈ ਸਕਦੇ ਹਾਂ, ਸਾਡੀ ਯੂਨੀਅਨ 'ਚ ਕੋਈ ਡਿਸਪਿਊਟ ਨਹੀਂ, ਨਾ ਹੀ ਕੋਈ ਲੜਾਈ ਝਗੜਾ, ਅਸੀਂ ਬੜਾ ਪੀਸਫੁਲੀ ਕੰਮ ਚਲਾਇਆ ਔਰ ਅੱਗੇ ਵੀ ਚੱਲੇਗਾ। ਹੁਣ ਕਿਵੇਂ ਰਹੇਗਾ ਜੀ ਕੰਮ ਅੱਗੇ? ਨਹੀਂ, ਕੰਮ ਤਾਂ ਚੱਲੇਗਾ, ਇੱਕ ਮਤਲਬ ਇੱਕ ਵਰਡ ਹੈ ਯੂਨੀਅਨ, ਯੂਨੀਅਨ ਦੇ ਨਾਂ 'ਤੇ ਜੇ ਕੋਈ ਪੱਕਾ ਕਰਦਾ ਤਾਂ ਗਲਤ, ਅਸੀਂ ਆਪ ਇਸ ਚੀਜ਼ ਦੇ ਅਗੇਂਸਟ।